ਕਾਲੇ ਰੰਗ ਦਾ ਪਾਣੀ ਆ ਜੀ, 3 ਨੰਬਰ, ਇਹ ਨੰਬਰ 3 ਪਿਸਟਨ ਹੈ ਜੀ, ਇਹ ਵਾਟਰ, ਠੀਕ ਹੈ ਜੀ। ਇਹ 'ਚ ਪਾਣੀ ਆ ਗਿਆ ਅਤੇ ਹੈਡ ਗੈਸਕਟ, ਇਸ ਤੋਂ ਇਹ ਪਤਾ ਚੱਲਦਾ ਹੈ ਕਿ ਇਹਦੀ ਹੈਡ ਗੈਸਕਟ ਗਈ, ਹੈਡ ਫੇਸ ਕਰਾਉਣਾ ਪੈਣਾ। ਇਹ ਖੋਲਿਆ ਪਲੱਗ, ਸੈਲ ਮਾਰ, ਹੱਥ ਭਰੇ ਕਰ, ਹੱਥ ਭਰੇ ਕਰ, ਬਸ ਬਸ ਬਸ, ਇਹ ਪਾਣੀ ਚਲੇ ਗਿਆ ਵਿੱਚ, 2-4 ਨੰਬਰ ਖੋਲ, ਕੜਚ ਕੜਚ ਕੀ ਕੀਤਾ, ਇਹ ਕੜਚ ਕੀਤਾ ਪਾਣੀ ਹੈ ਵਿੱਚ, ਇਹ ਕੋਈ ਚੀਜ਼ ਟੁੱਟ ਗਈ ਭੈਣ ਚੋ, ਬਹੁਤ ਹੈ ਵੈਸੇ, ਇੱਕ ਨੰਬਰ ਇੱਕ ਹੀ ਦਿਖਾਤਾ ਬਹੁਤ, ਨਹੀਂ 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 ਨਹੀਂ, ਖੋਲ ਦੇ ਖੋਲ ਦੇ ਫਿਰ, ਕੀ ਬਣਿਆ ਉਹ ਲੈ, 16 ਨੰਬਰ ਗੋਟੀ ਰੀਚਲ ਲਿਆ, ਆ ਵੀ ਦੱਸ ਦੀ ਚਾਬੀ ਲੈਣੀ, ਆ ਜਿਹੜੀ ਆ ਕੱਢ ਕੇ ਨਾ ਇਹਦੀ, ਆ ਵੀ ਚੈੱਕ ਕਰ ਲੈਣੀ, ਜਾ ਰਹੀ ਜਾ ਰਹੀ, ਇਹ ਪਾਣੀ, ਇਹ ਅੰਦਰ ਪਾਣੀ ਹੈ ਜੀ, ਅੰਦਰ ਇਸ ਕੇ ਪਾਣੀ ਹੈ, ਇਹ ਦੇਖੋ ਨਜ਼ਰ ਆ ਰਿਹਾ, ਇਹ ਅੰਦਰ ਪਾਣੀ ਹੈ ਪਲੱਗ ਕੇ, ਇਸ ਕਾ ਮਤਲਬ ਇਸ ਕਾ ਹੈਡ ਗੈਸਕਟ ਗਿਆ, ਬਹੁਤ ਭਾਜੀ ਸਾਰੇ ਖੋਲਣ ਦੀ ਲੋੜ, ਹਾਂ ਇੱਕੋ ਹੀ ਬਹੁਤ ਹੁੰਦਾ, ਸਹੀ ਹੈ, ਆ ਜਾਓ ਮਾੜਾ ਜਿਹਾ ਮਾਰਤਾ ਸਰ, ਹਲਕਾ ਜਿਹਾ ਹਲਕਾ ਜਿਹਾ ਹਲਕਾ ਜਿਹਾ ਸਰ ਮਾਰਨਾ, ਜ਼ਿਆਦਾ ਨਹੀਂ, ਮੈਨੂੰ ਲੱਗਦਾ ਜਿਹੜੇ ਪਹਿਲੇ ਪਹਿਲੇ ਦੂਸਰਿਆਂ ਨੇ ਜ਼ਿਆਦਾ ਆ, ਨਹੀਂ ਇਹਨਾਂ ਦੇ ਕਰਕੇ ਤਾਂ ਉਹ ਸਟਾਰਟ ਹੁੰਦੀ ਸੀ, ਅੱਛਾ ਮਾਰਤਾ, ਕਿਉਂਕਿ ਇਹ ਜਦੋਂ ਲੀਡ ਲਾ ਦੀ 2 ਨੰਬਰ ਦੀ ਬੰਦ ਹੋ ਜਾਂਦੀ ਗੱਡੀ, ਅੱਛਾ ਮਾਰ, ਇਹ ਪਾਣੀ ਆ ਰਿਹਾ, ਪਾਣੀ ਬਸ 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 ਬਸ, ਇਹ ਪਾਣੀ ਬਾਹਰ ਆ ਰਿਹਾ ਜੀ, ਠੀਕ ਹੈ, ਚਲੋ ਓਕੇ, ਬਸ ਖਲਾਸ, ਬੰਦ ਕਰ ਦੇ, ਇੱਦਾਂ ਹੀ ਕਰੀਏ, ਹਾਂ ਇੱਦਾਂ ਹੀ ਰਹਿਣ ਦੋ।